ਪੰਜਾਬ ਵਿੱਚ ਬੀਐਡ ਦੇ ਐਂਟਰੈਂਸ ਟੈਸਟ ਲਈ ਜੋ ਕਾਉਂਸਲਿੰਗ ਪ੍ਰੋਸੀਜਰ ਚੱਲ ਰਿਹਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਸ ਨੂੰ ਕੰਡਕਟ ਕਰ ਰਹੀ ਹੈ। ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਇਨਕੁਆਰੀ ਲਈ ਇਹ ਐਡਰੈਸ ਦਿੱਤਾ ਗਿਆ ਹੈ, ਈਮੇਲ ਐਡਰੈਸ ਦਿੱਤਾ ਗਿਆ ਹੈ ਔਰ ਟਾਈਮ ਦਿੱਤਾ ਗਿਆ ਹੈ। ਫੋਨ ਨੰਬਰ ਹਾਂ ਮੈਨੂੰ ਕੋਈ ਨਹੀਂ ਮਿਲਿਆ, ਫੋਨ ਨੰਬਰ ਜਦੋਂ ਹੀ ਮਿਲਦਾ ਹੈ ਦੁਬਾਰਾ ਉਸ ਨੂੰ ਵੀਡੀਓ ਤੇ ਸ਼ੇਅਰ ਕਰ ਦਾਂਗਾ। ਸੋ ਪੰਜਾਬ ਬੀਐਡ ਐਡਮਿਸ਼ਨਸ ਡੋਟ ਜੀਐਨਡੀਯੂ ਡੋਟ ਏਸੀ ਡੋਟ ਇਨ ਕੰਟਰੋਲ ਰੂਮ ਕਿੱਥੇ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ ਰੂਮ ਨੰਬਰ 1 ਗਰਾਊਂਡ ਫਲੋਰ ਡਿਪਾਰਟਮੈਂਟ ਆਫ ਐਜੂਕੇਸ਼ਨ ਨੀਅਰ UIT ਬਿਲਡਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। ਇਨਕੁਆਇਰੀ ਦਾ ਟਾਈਮ ਰਹੇਗਾ 10 ਵਜੇ ਤੋਂ 4 ਵਜੇ ਤੱਕ, ਲੇਕਿਨ ਫੋਨ ਨੰਬਰ ਹੁੰਦਾ ਹੈ, ਫੋਨ ਨੰਬਰ ਦਾ ਇਹ ਟਾਈਮ ਹੁੰਦਾ ਹੈ। ਈਮੇਲ ਤਾਂ ਤੁਸੀਂ ਕਦੋਂ ਵੀ ਕਰ ਸਕਦੇ ਹੋ। ਈਮੇਲ ਕਿੱਥੇ ਕਰ ਸਕਦੇ ਹਾਂ? PBBEdBEdAdmissions 2023@gndu@ac.in। ਈਮੇਲ ਦੀ ਜ਼ਰੂਰਤ ਉੱਥੇ ਸਾਨੂੰ ਪੈਂਦੀ ਹੈ ਜਦੋਂ ਅਸੀਂ ਕੋਈ ਗਲਤ ਇਨਫੋਰਮੇਸ਼ਨ ਫਿਲ ਕਰ ਦਿੰਦੇ ਹਾਂ ਤਾਂ ਕਰੈਕਟ ਕਰਨਾ ਚਾਹੁੰਦੇ ਹਾਂ, ਫਿਰ ਤਾਂ ਸਾਨੂੰ ਇਸ ਦੀ ਜ਼ਰੂਰਤ ਪਏਗੀ। ਲਗਭਗ 10 ਤੋਂ 20% ਬੱਚੇ ਕੋਈ ਨਾ ਕੋਈ ਗਲਤੀ ਕਰ ਦਿੰਦੇ ਨੇ, ਮੇਜਰ ਗਲਤੀ ਨੂੰ ਕੰਸਿਡਰ ਕੀਤਾ ਜਾਏਗਾ, ਤੁਹਾਨੂੰ ਮੇਲ ਕਰਨੀ ਪਏਗੀ, ਇਹ ਜ਼ਰੂਰਤ ਪਏਗੀ। ਉਹ ਕਿ ਮੇਜਰ ਗਲਤੀ ਕੀ ਹੈ, ਹੋ ਸਕਦੀ ਹੈ ਤੁਸੀਂ ਕੁਆਲੀਫਾਈਂਗ ਮਾਰਕਸ ਜਿਹੜੇ ਹੈ ਉਹ ਗਲਤ ਭਰ ਦਿੰਦੇ ਨੇ। ਉਹ ਕਿਹੜੇ ਹੋ ਸਕਦੇ ਨੇ? ਗ੍ਰੈਜੂਏਸ਼ਨ ਦੇ ਮਾਰਕਸ ਜਾਂ ਪੋਸਟ ਗ੍ਰੈਜੂਏਸ਼ਨ ਦੇ ਮਾਰਕਸ, ਉਹਨਾਂ ਦੀ ਪਰਸੈਂਟੇਜ ਜਾਂ ਟੋਟਲ ਓਬਟੇਨਡ ਮਾਰਕਸ ਗਲਤ ਫਿਲ ਕਰ ਦਿੱਤੇ ਗਏ ਆ। ਦੂਸਰਾ ਕੀ ਹੋ ਸਕਦਾ ਹੈ? ਤੁਸੀਂ ਰਿਜ਼ਰਵ ਕੈਟਾਗਰੀ ਗਲਤ ਫਿਲ ਕਰ ਦਿੱਤੀ ਹੈ, ਫਿਰ ਵੀ ਕਿਉਂਕਿ ਤੁਸੀਂ ਕਲੇਮ ਨਹੀਂ ਕਰ ਸਕਦੇ, ਮੈਰਿਟ ਉਸ ਮੁਤਾਬਕ ਬਣਨੀ ਹੈ। ਤੀਸਰੀ ਮੇਜਰ ਚੀਜ਼ ਹੈ ਕਿ ਰੂਰਲ ਅਰਬਨ ਜੋ ਅਸੀਂ 10th ਅਤੇ 10+2 ਤੁਸੀਂ ਪਾਸ ਕੀਤੀ ਹੈ, ਜੇ ਤੁਸੀਂ ਰੂਰਲ ਕਲੇਮ ਕਰ ਦਿੱਤਾ ਹੈ, ਅਰਬਨ ਫਿਲ ਕੀਤਾ ਹੈ, ਤਾਂ ਇੱਥੇ ਮੇਲ ਨਹੀਂ ਕਰਨੀ ਪਏਗੀ ਕਿ ਤੁਸੀਂ ਰਿਜ਼ਰਵੇਸ਼ਨ ਹੋ ਜਾਂ 1% ਮਾਰਕਸ ਨਹੀਂ ਲੈ ਰਹੇ। ਜੇਕਰ ਤੁਸੀਂ ਰੂਰਲ ਦਾ ਸਰਟੀਫਿਕੇਟ ਬਣਾਉਣ ਵਿੱਚ ਅਸਮਰਥ ਦਿਖਾਈ ਦਿੰਦੇ ਹੋ ਜਾਂ ਨਹੀਂ ਬਣੇਗਾ ਜਾਂ ਜਾਣਕਾਰੀ ਤੁਹਾਨੂੰ ਬਾਅਦ ਵਿੱਚ ਮਿਲੀ ਹੈ, ਤੁਸੀਂ ਇਹ ਫਾਰਮ ਫਿਲ ਕਰ ਦਿੱਤਾ ਸੀ, ਉਸ ਤੋਂ ਬਾਅਦ ਤੁਸੀਂ ਇਹ ਚੇਂਜ ਕਰਵਾਉਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਇਸੇ ਮੇਲ 'ਤੇ ਰਿਕੁਐਸਟ ਲੈਟਰ ਲਿਖੋਗੇ ਬਰੀਫ ਵਿੱਚ, ਜਸਟ ਇੱਕ ਅੱਧੇ ਸੈਂਟੈਂਸ ਵਿੱਚ, ਮੈਂ ਆਹ ਫਿਲ ਕੀਤਾ ਸੀ ਉਹਦੀ ਜਗ੍ਹਾ ਆਹ ਚੇਂਜ ਕਰ ਦਿੱਤਾ ਜਾਵੇ। ਸੋ ਇਹ ਇਨਫੋਰਮੇਸ਼ਨ ਜੇਕਰ ਤੁਸੀਂ ਗਲਤ ਫਿਲ ਕਰ ਦਿੱਤੀ ਹੈ ਤਾਂ ਹੀ ਇਸ ਦੀ ਜ਼ਰੂਰਤ ਪਏਗੀ, ਔਰ ਮੇਜਰ ਇਨਫੋਰਮੇਸ਼ਨ ਉਹੀ ਹੈ ਜਿਸ ਦਾ ਸੰਬੰਧ ਮੈਰਿਟ ਬਣਨ ਦੇ ਨਾਲ ਹੋਏਗਾ। ਹਾਂ, ਤੁਹਾਡਾ ਇਸ ਤੋਂ ਇਲਾਵਾ ਤੁਸੀਂ ਕੰਬੀਨੇਸ਼ਨ ਗਲਤ ਫਿਲ ਕਰ ਦਿੰਦੇ ਹਾਂ, ਮੇਜਰ ਕੰਬੀਨੇਸ਼ਨ, ਇਸ 'ਤੇ ਅਲੱਗ ਵੀਡੀਓ ਹੋਏਗਾ, ਲਿੰਕ ਨੀਚੇ ਦੇਖ ਸਕਦੇ ਹੋ। ਮੇਜਰ ਵੀਡੀਓ ਸੋਰੀ ਮੇਜਰ ਸਬਜੈਕਟ ਕੰਬੀਨੇਸ਼ਨ ਉਹ ਹੈ ਜੋ 3 ਸਾਲ ਤੁਸੀਂ ਪੜ੍ਹਿਆ ਹੋਏਗਾ ਗ੍ਰੈਜੂਏਸ਼ਨ ਵਿੱਚ, 2 ਸਾਲ MA ਵਿੱਚ ਪੜ੍ਹਿਆ ਹੋਏਗਾ। ਇਸ ਇਟ ਮੀਨਸ ਘੱਟੋ ਘੱਟ ਇੱਕ ਸਬਜੈਕਟ ਅਜਿਹਾ ਜ਼ਰੂਰ ਹੋਣਾ ਚਾਹੀਦਾ ਹੈ ਜਿਹੜਾ ਮੇਜਰ, ਔਰ ਜੇ ਤੁਸੀਂ ਅਜਿਹਾ ਸਬਜੈਕਟ ਭਰ ਦਿੱਤਾ ਹੈ ਕਿ ਜਿਹੜਾ 2 ਸਾਲ ਪੜ੍ਹਿਆ ਸੀ, 1 ਸਾਲ ਪੜ੍ਹਿਆ ਸੀ, ਉਸਨੂੰ ਮੇਜਰ ਭਰ ਦਿੱਤਾ ਹੈ, ਤਾਂ ਬਾਅਦ ਵਿੱਚ ਸੀਟ ਲੈਣ ਵਿੱਚ ਤੁਹਾਨੂੰ ਪ੍ਰੋਬਲਮ ਆਏਗੀ। ਮਾਈਨਰ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਮਾਈਨਰ ਕਾਲਜ ਨੇ ਤੁਹਾਨੂੰ ਦੇਣਾ ਹੈ। ਸੋ ਇਸ ਤਰ੍ਹਾਂ ਦੀ ਕੋਈ ਵੀ ਇਨਕੁਆਇਰੀ ਕਰਨੀ ਪੈਂਦੀ ਹੈ, ਵੈਸੇ ਤਾਂ ਕੋਈ ਇਨਕੁਆਇਰੀ ਹੈ ਤੁਸੀਂ ਚੈਨਲ 'ਤੇ ਕਮੈਂਟ ਕਰੋ, ਮੈਂ ਜਿੱਥੇ ਤੱਕ ਵੀ ਕਰੈਕਟ ਇਨਫੋਰਮੇਸ਼ਨ ਮਿਲੇਗੀ ਤੁਹਾਨੂੰ ਸ਼ੇਅਰ ਕਰਦਾ ਰਹਾਂਗਾ। ਥੈਂਕ ਯੂ ਡਾਕਟਰ ਤੀਰਥ ਸਿੰਘ, ਲਰਨ ਟੂ ਐਕਚੁਲਾਈਜ਼।